ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਵੀਰੋ, ਮੈਂ ਜਗਰੂਪ ਸਿੰਘ ਜਰਖੜ, ਡਾਇਰੈਕਟਰ ਜਰਖੜ ਹਾਕੀ ਅਕੈਡਮੀ। ਅਤੇ ਸਭ ਤੋਂ ਪਹਿਲਾਂ ਮੈਂ ਅੱਜ ਤੁਹਾਨੂੰ 2017 ਵਰ੍ਹੇ ਦੀ ਅਲਵਿਦਾ ਦੇ ਮੌਕੇ 'ਤੇ, ਆਉਣ ਵਾਲੇ ਨਵੇਂ ਵਰ੍ਹੇ 2018 ਦੀ ਆਮਦ ਦੇ ਉੱਤੇ ਆਪ ਜੀ ਨੂੰ ਵਧਾਈ ਦਿੰਦਾ। 2018 ਵਰ੍ਹਾ ਆਪ ਜੀ ਦੇ ਲਈ ਖੁਸ਼ੀਆਂ ਭਰਿਆ ਹੋਵੇ, ਪ੍ਰਾਪਤੀਆਂ ਵਾਲਾ ਹੋਵੇ ਅਤੇ ਆਪ ਜੀ ਦੇ ਪਰਿਵਾਰ ਨੂੰ, ਆਪ ਜੀ ਨੂੰ ਹਰ ਖੇਤਰ ਦੇ ਵਿੱਚ ਤਰੱਕੀਆਂ ਦੇਵੇ। ਅਤੇ ਅੱਜ ਅਸੀਂ 17 ਵਰ੍ਹੇ ਨੂੰ ਅਲਵਿਦਾ ਕਹਿ ਰਹੇ ਹਾਂ। ਅਤੇ ਸਭ ਤੋਂ ਜਿਹੜੀ ਅਹਿਮ ਗੱਲ ਆ, ਮੈਂ ਖੇਡ ਪ੍ਰੇਮੀ ਹੋਣ ਦੇ ਨਾਤੇ ਅਰਦਾਸ ਵੀ ਕਰਾਂਗਾ ਕਿ ਪੰਜਾਬ ਖੇਡਾਂ ਦੇ ਖੇਤਰ ਦੇ ਵਿੱਚ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ। ਖਾਸ ਕਰਕੇ ਇਸ ਵਰ੍ਹੇ ਜਿਹੜਾ ਹਾਕੀ ਦਾ ਵਰਲਡ ਕੱਪ ਹੋ ਰਿਹਾ ਵਾ, ਉਹਦੇ ਵਿੱਚ ਇੰਡੀਆ ਦੀ ਹਾਕੀ ਟੀਮ ਨੂੰ ਅਤੇ ਇਸ ਵਰ੍ਹੇ ਦੇ ਵਿੱਚ ਚੈਂਪੀਅਨ ਬਣਨ ਦਾ ਮਾਣ ਹਾਸਲ ਕਰੇ, ਕਿਉਂਕਿ ਅਸੀਂ 43 ਵਰ੍ਹਿਆਂ ਦੇ ਬਾਅਦ ਚੈਂਪੀਅਨ ਬਣਾਂਗੇ। ਮੇਰੀ ਇਹ ਪਰਮਾਤਮਾ ਅੱਗੇ ਅਰਦਾਸ ਆ ਕਿ 1975 ਤੋਂ ਬਾਅਦ ਇਸ ਵਰ੍ਹੇ ਜਿਹੜਾ ਜੋ ਵਰਲਡ ਕੱਪ ਹੋ ਰਿਹਾ, ਉਸਦੇ ਵਿੱਚ ਇੰਨਾ ਕੁ ਸਾਡੀ ਹਾਕੀ ਦੇ ਵਿੱਚ ਪ੍ਰਾਪਤੀਆਂ ਹੋਣ ਕਿ ਅਸੀਂ ਆਪਦਾ ਜਿਹੜਾ ਪੁਰਾਣਾ ਗੋਲਡਨ ਟਾਈਮ ਆ ਉਹਨੂੰ ਮੁੜ ਲਿਆ ਸਕੀਏ। ਇਸੇ ਤਰ੍ਹਾਂ ਪੰਜਾਬ ਖੇਡਾਂ ਦੇ ਖੇਤਰ ਵਿੱਚ, ਖਾਸ ਕਰਕੇ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ, ਹਰ ਖੇਤਰ ਦੇ ਵਿੱਚ ਅੱਗੇ ਵਧੇ। ਅਤੇ ਮੈਂ ਪਰਮਾਤਮਾ ਅੱਗੇ ਕਾਮਨਾ ਵੀ ਕਰਦਾ ਕਿ ਜਰਖੜ ਹਾਕੀ ਅਕੈਡਮੀ ਜੋ ਆਪਣੇ ਉਪਰਾਲਿਆਂ ਨਾਲ, ਆਪਣੇ ਵਜ਼ੀਰਿਆਂ ਨਾਲ ਚੱਲ ਰਹੀ ਹੈ, ਅਤੇ ਉਸ ਦੀ ਤਰੱਕੀ ਲਈ, ਉਸ ਦੀਆਂ ਪ੍ਰਾਪਤੀਆਂ ਲਈ ਮੈਂ ਪਰਮਾਤਮਾ ਦੇ ਕੇ ਕਾਮਨਾ ਕਰਦਾ ਕਿ ਸਾਡੇ ਖਿਡਾਰੀ ਤੰਦਰੁਸਤ ਰਹਿਣ ਔਰ ਹਰ ਖੇਤਰ ਦੇ ਵਿੱਚ ਵੱਡੀਆਂ ਪ੍ਰਾਪਤੀਆਂ ਕਰਨ। ਇੰਨੀਆਂ ਬੇਨਤੀਆਂ ਕਰਦਾ ਮੈਂ ਸਾਰੇ ਪੰਜਾਬੀ ਭਾਈਚਾਰੇ ਨੂੰ ਔਰ ਦੇਸ਼ ਵਿਦੇਸ਼ ਵਾਸਦੇ ਪੰਜਾਬੀਆਂ ਨੂੰ, ਖਾਸ ਕਰਕੇ ਸਿੱਖ ਕੌਮ ਦੇ ਜਿਹੜੇ ਯੋਧੇ ਨੇ ਉਹਨਾਂ ਨੂੰ, ਅਤੇ ਫਤਿਹ ਵੀ ਬੁਲਾਉਣਾ ਅਤੇ ਵਧਾਈ ਵੀ ਦੇਣਾ ਨਵੇਂ ਸਾਲ ਦੀ। ਵਾਹਿਗੁਰੂ ਸਾਰਿਆਂ ਨੂੰ ਨਵਾਂ ਸਾਲ ਦੀ ਮੁਬਾਰਕ ਹੋਵੇ ਅਤੇ ਮੁਬਾਰਕਬਾਦ ਕਹਿੰਦਾ ਆਇਆ। ਫਤਿਹ ਅਰਜ਼ ਕਰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।